ਸੁਖਪਾਲ ਖਹਿਰਾ ਦੀ ਇਹ ਚੇਤਾਵਨੀ ਵੋਟਿੰਗ ਵਾਲੇ ਦਿਨ ਨੂੰ ਲੈ ਕੇ ਸੰਗਰੂਰ ਤੋਂ ਕਾਂਗਰਸ ਦੇ ਉਮੀਦਵਾਰ ਨੇ ਇਲਜ਼ਾਮ ਲਾਇਆ ਕਿ ਮਾਨ ਸਰਕਾਰ ਧੱਕੇਸ਼ਾਹੀ ਕਰ ਸਕਦੀ ਹੈ। ਨਤੀਜਾ, ਸੁਖਪਾਲ ਖਹਿਰਾ ਨੇ ਇਹ ਚੇਤਾਵਨੀ ਵੀ ਦੇ ਦਿੱਤੀ। ਖਹਿਰਾ ਦੇ ਹੱਕ 'ਚ ਚੋਣ ਪ੍ਰਚਾਰ ਕਰਨ ਲਈ ਕੇਸੀ ਵੇਣੁਗੋਪਾਲ ਵੀ ਸੰਗਰੂਰ ਪਹੁੰਚੇ ਸਨ, ਜਿਨ੍ਹਾਂ ਨੇ ਦਾਅਵਾ ਕੀਤਾ ਕਿ 4 ਜੂਨ ਨੂੰ ਇੰਡੀਆ ਗੱਠਜੋੜ ਦੀ ਸਰਕਾਰ ਬਣ ਰਹੀ ਹੈ। ਦੇਖੋ ਆਖਿਰ ਕੀ ਕਿਹਾ। ਕਿ ਭਗਵੰਤ ਮਾਨ ਨੇ ਚੀਫ ਮਿਨਿਸਟਰ ਦੇ ਅਹੁਦੇ ਨੂੰ ਲਾਜ ਲਾ ਦਿੱਤੀ ਹੈ। ਇੰਨਾ ਨੀਵਾਂ ਸ਼ਾਇਦ ਦੇਸ਼ ਵਿੱਚ ਕਿਸੇ ਮੁੱਖ ਮੰਤਰੀ ਨੇ ਇਸ ਅਹੁਦੇ ਨੂੰ ਨੀਵਾਂ ਨਹੀਂ ਕੀਤਾ। ਤਾਂ ਆਈ ਐਮ ਸੋਰੀ ਟੂ ਸੇ, ਮੋਸਟਲੀ ਇਹ ਡਰੰਕ ਹੁੰਦਾ ਜੀ ਆਪਣੇ ਪਬਲਿਕ ਫੰਕਸ਼ਨਸ ਵਿੱਚ, ਔਰ ਜਿਹੜੀਆਂ ਕਿੱਕਲੀਆਂ ਗਾਉਂਦਾ ਇਹ ਉਸੇ ਦਾ ਨਤੀਜਾ ਵਾ। ਤੁਹਾਨੂੰ ਯਾਦ ਹੋਵੇਗਾ ਮੈਂ ਆਪਣੀ ਮਾਤਾ ਦੇ ਸਿਰ 'ਤੇ ਹੱਥ ਰੱਖ ਕੇ ਬਰਨਾਲੇ ਰੈਲੀ ਵਿੱਚ ਕਿਹਾ ਸੀਗਾ ਕਿ ਅੱਜ ਤੋਂ ਬਾਅਦ ਮੈਂ ਸਹੁੰ ਖਾਂਦਾ ਕਿ ਮੈਂ ਆਪਣੀ ਮਾਂ ਦੀ ਸਹੁੰ ਖਾਂਦਾ ਕਿ ਮੈਂ ਮੁੜ ਕੇ ਸ਼ਰਾਬ ਨਹੀਂ ਪੀਊਂਗਾ। ਲੇਕਿਨ ਨਿਤ ਦਿਨ ਦਾ ਇਹਦਾ ਜਿਹੜਾ ਐਲਕੋਹਲਿਜ਼ਮ ਹੈ ਉਹ ਪੰਜਾਬ ਨੂੰ ਬਹੁਤ ਮਹਿੰਗਾ ਪਿਆ। ਕੈਂਸਰ ਵਰਗੇ ਇਸ਼ੂਜ਼ ਇਗਨੋਰ ਹੋਏ, ਸਾਡਾ ਵਾਟਰ ਟੇਬਲ ਰਿਸੀਡ ਹੋ ਗਿਆ, ਸੰਗਰੂਰ ਦਾ ਰੈੱਡ ਜ਼ੋਨ 'ਚ ਉਹ ਇਗਨੋਰ ਹੋ ਗਿਆ, ਸਾਡੇ ਡਰੱਗਸ ਬਹੁਤ ਜ਼ਿਆਦਾ ਨੇ, ਸਾਡੇ ਬੇਰੁਜ਼ਗਾਰ ਬੱਚੇ ਵਿਦੇਸ਼ਾਂ ਚਲੇ ਗਏ, ਸਾਰਾ ਕੁਝ ਇਗਨੋਰ ਕਰਕੇ ਅਤੇ ਆਪਣੀ ਜਿੱਦਾਂ ਕਹਿੰਦੇ ਆ ਕਿ ਹੋਮੇ 'ਚ ਆਪਣੀ ਅਯਾਸ਼ੀ 'ਚ ਔਰ ਚੀਫ ਮਿਨਿਸਟਰ ਦੇ ਅਹੁਦੇ ਨੂੰ ਉਹਦਾ ਕੋਰ ਦੁਰਉਪਯੋਗ ਕਰਕੇ ਮਾੜੇ ਬੰਦਿਆਂ ਨੂੰ ਤਰਜੀਹ ਦੇ ਰਿਹਾ ਅਤੇ ਚੰਗਿਆਂ ਨੂੰ ਫੜ ਫੜ ਕੇ ਜੇਲ੍ਹਾਂ ਵਿੱਚ ਸੁੱਟ ਰਿਹਾ। ਮੈਂ ਨਾ ਕੱਲ੍ਹ ਪਰਸੋਂ ਕੁਝ ਪਿੰਡਾਂ 'ਚੋਂ ਰਿਪੋਰਟ ਆ ਰਹੀ ਕਿ ਭਗਵੰਤ ਮਾਨ ਦੀ ਧਰਮ ਪਤਨੀ ਬੀਬੀ ਗੁਰਪ੍ਰੀਤ ਕੌਰ, ਜਿੱਦਾਂ ਦੁਗਣੀ ਪਿੰਡ ਹੈ, ਉੱਥੇ ਬਹੁਤ ਜਾ ਕੇ ਡੇਰਾ ਲਾਇਆ, ਸਾਰੀ ਐਡਮਿਨਿਸਟ੍ਰੇਸ਼ਨ ਚਲੇ ਗਈ, ਸਰਪੰਚ ਦੇ ਗਲ ਵਿੱਚ ਧੱਕੇ ਨਾਲ ਪੱਟਾ ਪਾਉਂਦੇ ਸੀਗੇ। ਤਾਂ ਮੈਨੂੰ ਖਦਸ਼ਾ ਵਾ ਕਿ ਇਹਨਾਂ ਦੇ ਕੋਲ ਹੁਣ ਕੋਈ ਚਾਰਾ ਨਹੀਂ ਗਾ, ਇਹ ਬਿਲਕੁਲ ਬੁਖਲਾਏ ਹੋਏ ਨੇ ਔਰ ਇਸ ਇਲੈਕਸ਼ਨ ਵਿੱਚ ਤੀਜੇ ਥਾਂ 'ਤੇ ਧੱਕੇ ਜਾ ਚੁੱਕੇ ਨੇ। ਇਸ ਕਰਕੇ ਆਪਣੀ ਹੋਂਦ ਬਚਾਉਣ ਲਈ, ਆਪਣੀ ਇੱਜ਼ਤ ਬਚਾਉਣ ਲਈ ਇਹ ਲਾਸਟ ਮਿੰਟ ਬੂਥ ਕੈਪਚਰਿੰਗ, ਬਦਮਾਸ਼ੀ, ਬੁਰਸ਼ਾਗਰਦੀ, ਤਾਂ ਕਰਕੇ ਅਸੀਂ ਸਾਰੇ ਕਾਂਗਰਸ ਦੇ ਕੇਡਰ ਨੂੰ ਵਾਰਨ ਕਰਤਾ ਕਿ ਆਪਣੇ ਕੈਮਰਾਜ਼ ਔਨ ਰੱਖਣੇ ਨੇ ਪੋਲਿੰਗ ਵਾਲੇ ਦਿਨ, ਕਿਸੇ ਬੂਥ ਦੇ ਉੱਤੇ ਕੋਈ ਇਲੀਗਲ ਗੈਰ ਕਾਨੂੰਨੀ ਗੱਲ ਕਰਨਗੇ, ਬੂਥ ਕੈਪਚਰਿੰਗ, ਬੁਰਸ਼ਾਗਰਦੀ ਜਾਂ ਬਦਮਾਸ਼ੀ ਜਾਂ ਬੂਥਾਂ ਦੇ ਵਿੱਚ ਜ਼ਿਆਦਾ ਵੜਨਗੇ ਅੰਦਰ, ਉਹ ਸਾਰੇ ਵੀਡੀਓਜ਼ ਸ਼ੂਟ ਕਰਕੇ ਇਮੀਡੀਏਟਲੀ ਸੋਸ਼ਲ ਮੀਡੀਆ ਦੇ ਉੱਤੇ ਅਪਲੋਡ ਕਰਨੇ। ਵੈਸੇ ਅਸੀਂ ਘਬਰਾਉਣ ਵਾਲੇ ਨਹੀਂ ਗਏ, ਮੈਂ ਇਹਦੇ ਖਿਲਾਫ਼ ਕੋਈ ਸ਼ਿਕਾਇਤ ਨਹੀਂ ਕੀਤੀ, ਕਿਉਂਕਿ ਮੈਂ ਪਹਿਲਾਂ ਕਿਹਾ ਸੀਗਾ ਕਿ ਭਗਵੰਤ ਮਾਨ ਲੜੇ ਔਰ ਤੰਤਰ ਵੀ ਵਰਤੇ, ਪਰ ਮੈਂ ਆਪਣੇ ਵਰਕਰ ਦਾ ਜ਼ਰੂਰ ਹੌਸਲਾ ਬੁਲੰਦ ਕਰਕੇ ਕਹਿਣਾ ਚਾਹੁੰਦਾ, ਅਗਰ ਸਾਡੇ ਕਿਸੇ ਵਰਕਰ ਨੂੰ ਝਰੀਟ ਵੀ ਆਈ ਤਾਂ ਉਹਨਾਂ ਨੂੰ ਇਹ ਯਾਦ ਰੱਖਣਾ ਚਾਹੀਦਾ ਝਰੀਟ ਮਾਰਨ ਵਾਲਿਆਂ ਨੂੰ ਕਿ 4 ਤਰੀਕ ਤੋਂ ਬਾਅਦ ਤੁਹਾਨੂੰ ਇੱਕ ਇੱਕ ਗੁਨਾਹ ਦਾ ਤੁਹਾਨੂੰ ਹਿਸਾਬ ਦੇਣਾ ਪਵੇਗਾ। ਸੋ ਮੈਂ ਆਸਮਾਨ ਦਾ ਕਿ ਸੰਗਰੂਰ ਦੀ ਸੀਟ ਅਸੀਂ ਪਰਮਾਤਮਾ ਵਾਹਿਗੁਰੂ ਈਸ਼ਵਰ ਦੀ ਕਿਰਪਾ ਨਾਲ ਬਹੁਤ ਸ਼ਾਨਦਾਰ ਜਿੱਤ ਹੋਵੇਗੀ। ਧੰਨਵਾਦ। ਬਿਲਕੁਲ, ਪੂਰਾ ਇੰਡੀਆ ਕਾ ਵਾਤਾਵਰਣ ਬਹੁਤ ਬੜੀਆ ਕਾਂਗਰਸ ਕੇ ਸਾਥ, ਇੰਡੀਆ ਗਠਬੰਧਨ ਕੇ ਸਾਥ। ਬੇਲੂ ਜੀ, ਜਿੱਤੇਂਗੇ, ਜੂਨ 4 ਹਮਾਰਾ ਦਿਨ ਹੈ, ਹਮ ਜਿੱਤੇਂਗੇ, ਹਮ ਬਿਲਕੁਲ ਸਕ। ਤਹਿਲਕਾ ਨਿਊਜ਼, ਜੇਕਰ ਸੱਚ ਲਿਖਣਾ, ਸੱਚ ਬੋਲਣਾ ਬਗਾਵਤ ਹੈ ਤਾਂ ਸਮਝੋ ਤਹਿਲਕਾ ਨਿਊਜ਼ ਬਾਗੀ ਹੈ। ਸਰਕਾਰ ਤੱਕ ਪਹੁੰਚਾਉਣ ਲਈ ਤਹਿਲਕਾ ਨਿਊਜ਼ ਹਰ ਟਾਈਮ ਹਰ ਵਕਤ ਤੁਹਾਡੇ ਨਾਲ ਹੈ। ਜੇਕਰ ਸਰਕਾਰਾਂ ਕਰ ਰਹੀਆਂ ਨੇ ਕਿਸਾਨਾਂ ਨਾਲ ਧੱਕਾ, ਨਹੀਂ ਸੁਣੀ ਜਾ ਰਹੀ ਗਰੀਬਾਂ ਦੀ ਗੱਲ, ਪੰਜਾਬ ਦਾ ਇੱਕ ਬੇਧੜਕ ਨਿਰਧੜਕ ਤਹਿਲਕਾ ਨਿਊਜ਼ ਹਰ ਵਕਤ ਹਰ ਟਾਈਮ ਹਰ ਪਲ ਤੁਹਾਡੇ ਨਾਲ ਹੈ। ਜੇਕਰ ਕਿਸੇ ਨਾਲ ਹੋ ਰਹੀ ਹੈ ਬੇਇਨਸਾਫੀ, ਪ੍ਰਸ਼ਾਸਨ ਨਹੀਂ ਦੇ ਰਿਹਾ ਜਨਤਾ ਨੂੰ ਸਹੀ ਹੱਕ, ਤੁਹਾਡੀ ਆਵਾਜ਼ ਚੱਕਣ ਲਈ ਤੇ ਤੁਹਾਡੀ ਮਦਦ ਕਰਨ ਲਈ ਤਹਿਲਕਾ ਨਿਊਜ਼ ਹਰ ਟਾਈਮ ਹਰ ਵਕਤ ਤੁਹਾਡੇ ਨਾਲ।
ਜੇਕਰ ਜਨਤਾ ਨਾਲ ਹੋ ਰਿਹਾ ਧੱਕਾ, ਰਾਜਨੀਤਿਕ ਨੇਤਾ ਜਾਂ ਸ਼ਰਾਰਤੀ ਆਂਸਰ ਜਨਤਾ ਨੂੰ ਕਰ ਰਹੇ ਨੇ ਪਰੇਸ਼ਾਨ, ਤੁਹਾਡੀ ਆਵਾਜ਼ ਨੂੰ ਬੁਲੰਦ ਕਰਨ ਵਾਸਤੇ ਤਹਿਲਕਾ ਨਿਊਜ਼ ਹਰ ਵਕਤ ਹਰ ਟਾਈਮ ਤੁਹਾਡੇ ਨਾਲ ਹੈ।